1947 ਵਿੱਚ ਹੋਇਆ ਸੀ ਪਿੰਡ ਭਾਵਨਾ ਵਿਖੇ। ਹੁਣ ਮੋਗਾ ਦਾ ਰਹਿਣ ਵਾਲੇ ਨਿਵਾਸੀ ਨੇ ਸਾਨੂੰ ਬਹੁਤ ਹੀ ਦੁੱਖ ਹੋਇਆ ਉਹਨਾਂ ਦੇ ਅਕਾਲ ਚਲਾਣਾ ਵੀ ਲਈ 2018 ਨੂੰ ਕਰਦੇ ਹੋਏ। ਅਸੀਂ ਬਹੁਤ ਹੀ ਦੁਖੀ ਹਾਂ ਇਸ ਟਾਈਮ ਮੇਰੇ ਵੀਰ ਇਹ ਵੀ ਬਹੁਤ ਇਹਨਾਂ ਦੀ ਹੌਸਲਾ ਵਧਾਈ ਲਈ ਸਾਰੇ ਵੀਰਾਂ ਦਾ ਜਿਨ੍ਹਾਂ ਨੂੰ ਅੱਜ 29 ਤਰੀਕ ਨੂੰ ਦਸ਼ਮੇਸ਼ ਨਗਰ 'ਚ ਪੈਣਾ ਹੈ ਉਹਨਾਂ ਦੀ ਅੰਤਿਮ ਅਰਦਾਸ ਹੈ। ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਹੁੰਚ ਕੇ ਹੌਸਲਾ ਵਧਾਈ ਦੇਣ।
ਸ੍ਰੀ ਗੁਰੂ ਜੀ ਦੀ ਪਾਤਸ਼ਾਹੀ ਦਸਵੇਂ ਗ੍ਰੰਥਾਂ ਭਗਵਤੀ ਸ਼ਿਵਰਕਾਰ ਗੁਰੂ ਨਾਨਕ ਲਈ ਤਿਆਰੇ ਪਰਮ ਗੁਰਬੇ ਅਮਰਦਾਸ ਰਾਮਦਾਸ ਜੀ ਮਹਾਜੀ ਸਹਾਈ ਅਰਜਨ ਪਿੰਦਰੂ ਸ਼ਿਵਰਾਉ ਸ੍ਰੀ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਜੀ
ਇੰਡੀਆ ਨੂੰ ਇਹ ਫਾਈਲ ਨੂੰ ਬਣਾ ਪਾਓ, ਚੁੱਪ ਦਾ ਦਾਰ ਮਹਿਸੂਸ ਕਰੋ। ਵਿਗਿਆਨ ਕਹਿਣ ਦੀ ਲੋੜ ਨਹੀਂ ਪੈਂਦੀ, ਗੁਰੂ ਸਵਾਰੀ ਸਭ ਤੋਂ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਲਿਖਦੇ ਹਨ, ਕਹਿੰਦੇ ਹਨ ਚਾਹੇ ਕੋਈ ਜੀਵ ਰੰਕੂ ਹੈ, ਬੇਨਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾ
ਸਤਿਗੁਰਾਂ ਦੇ ਪਾਵਨ ਚਰਨਾਂ ਚ ਅਰਦਾਸ ਬੇਨਤੀ ਕਰਨ ਵਾਸਤੇ ਕਿ ਸਤਿਗੁਰ ਕਿਰਪਾ ਕਰਨ ਜੈਸਾ ਬਾਲ ਭਾਏ ਸੋ ਭਾਏ ਨਸੇ ਅਰਦਾਸ ਪਾਵੇ ਸਰ ਪ੍ਰਦੇਸ਼ ਕੇ ਮੋਹ ਭਾਤੀ ਬਹੁਤ ਤਾਂ ਗਰਦਾਵੇ ਪਿਛਲੇ ਆਉਂਦੋ ਵਕਤ ਲੈ ਪੂਰੇ ਆਕੇ ਮਾਲ ਪਾਵੇ ਇਹ ਬੇਨਤੀ ਕਰਨੀ ਵਾਹਿਗੁਰੂ ਕਿਰਪਾ ਕਰਿਓ ਸੰਸਾਰ ਕਰਦਿਆਂ ਹੋਇਆਂ ਜੀ ਵਾਸਤਾਂ ਤੋਂ ਕਈ ਤਰ੍ਹਾਂ ਕਰਕੇ ਵਾਦਾਂ ਇਕੱਠਾ ਹੋ ਜਾਂਦੀਆਂ ਨੇ ਆਪਣਾ ਉਹਨਾਂ ਸਰਦਾਰੋਂ ਦੀ ਕਿਰਪਾ ਕਰਕੇ ਜਿਹੜੀਆਂ ਜਨਾਂ ਤੋਂ ਬਚਾ ਕਰਕੇ ਆਪਣੇ ਚਰਨਾਂ ਦਾ ਅਰਦਾਸ ਵਰਤੋ ਜਿਹੜੀ ਅਸੀਂ ਆਪ ਹੀ ਗੁਰੂ ਦੁਆਰੇ ਰਵਾਂ ਪਾ ਕੇ ਰਿਲਾ ਵਰਤਨ ਕਰਕੇ ਉਸਨੂੰ ਗਲੇ ਲਾਵੇ ਤੇ ਸਾਡਾ ਇੱਥੇ ਆਉਣ ਦਾ ਕੋਈ ਬਹੁਤਾ ਲਾਭ ਨਹੀਂ ਹੈ ਇਸ ਲਈ ਭੈਣਾਂ ਨੂੰ ਬੇਟੀਆਂ ਨੂੰ ਬੀਬੀਆਂ ਨੂੰ ਖਾਸ ਕਰਕੇ ਬੇਨਤੀ ਸਾਡੇ ਵੀਰ ਸਤਿਕਾਰ ਜੋ ਵੱਡੇ ਛੋਟੇ Thank you.
ਫਿਰ ਸਤਿਗੁਰਾਂ ਨੇ ਫੇਰ ਕਰਨੀ ਹੈ ਉਹ ਮਨ
ਸਾਰੇ ਇਕੱਠੇ ਕਰਕੇ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ
ਗੁਰੂ ਸਵਾਰੇ ਉਹਨਾਂ ਦੇ ਬੱਚੇ, ਉਹਨਾਂ ਦਾ ਸੁਭਾਅ ਵੀ ਕੈਸਾ, ਬੜੇ ਵਿੱਚ ਬੋਲਦੇ, ਬੜੇ ਚੰਗੇ ਸੁਭਾਅ ਦੇ ਬਾਲਕ। ਅਤੇ ਮੈਂ ਜੀ ਗੱਲ ਕਰ ਲਵਾਂ, ਮਨਜੀਤ ਕੌਰ ਸਾਡੇ ਭੈਣ ਜੀ ਸਿੰਘ ਸੇਖਾਂ ਨੇ ਸ਼ਿਵ ਕੋਲ ਆ ਕੇ ਦਾਸ ਦਾ ਬਹੁਤ ਪਿਆਰ ਇਸ ਪਰਿਵਾਰ ਦੇ ਨਾਲ ਹੈ। ਸੱਚ ਕਰਕੇ ਜਾਣੇ ਵਾਹਿਗੁਰੂ ਦੀ ਬੜੀ ਵੱਡੀ ਕਿਰਪਾ ਰਹਿ ਹੁੰਦਾ ਹੈ, ਪਰ ਜੀਵ ਦਾ ਗੁਰ ਚਲੇ ਜਾਣਾ ਪਰਿਵਾਰ ਨੂੰ, ਇਹ ਜਿਹੜਾ ਘਾਟਾ ਰਿਸ਼ਤੇਦਾਰਾਂ ਨੂੰ ਪਿਆ, ਇਹ ਤਾਂ ਪੂਰਾ ਨਹੀਂ ਹੋ ਸਕਦਾ। ਪਰ ਸਤਿਗੁਰੂ ਦੀ ਕਿਰਪਾ ਕਰਨ ਇਸ ਪਰਿਵਾਰ ਨੂੰ ਕਰਮਿਆਂ ਘਰ ਸੁੱਖ ਸ਼ਾਂਤੀ ਪੱਤਰਧਾਰੀ ਪਰਿਵਾਰ ਫਿਰ ਵਰਤਨ ਦੀ ਦਾ ਨਾਮ ਦੀ ਦਾ ਬਾਣੀ ਅਤੇ ਬਾਣੀ ਦਾ ਸਤਿਗੁਰ ਯੋਗ ਅਤੇ ਆਪਾਂ ਸਾਰਿਆਂ ਨੂੰ ਇਹ ਅਰਦਾਸ ਕਰਨੀ ਵਾਹਿਗੁਰੂ ਦੇ ਚਰਨਾਂ 'ਚ ਇਹੋ ਸਦਕ ਅਸੀਂ ਸੁਣੀਆਂ ਜੋ ਹੋਵੇ ਸਾਹਿਬ ਸੋ ਵੇਰ ਪਾਤਸ਼ਾਹ ਵੇਰ ਕਰਨ, ਇਹਨਾਂ ਦਾ ਬਸ ਆਪਣੇ ਚਰਨਾਂ 'ਚ ਖੁਸ਼ ਹਨ। ਪਰਿਵਾਰ ਭਾਣਕ ਰਹੋ, ਭਾਣਾ ਦਾ ਬਾ ਕੋਸ਼ਿਸ਼ ਕਰਨ, ਅੱਗੇ ਤੋਂ ਸੁੱਖ ਸ਼ਾਂਤੀ ਬੱਚਿਆਂ ਦੇ ਸਿਰ 'ਤੇ ਵੇਰ ਰਿਹਾ ਚਖਾਓ ਦੀ ਸਭਾ। ਮੈਂ ਇਹਨਾਂ ਇਤਿਹਾਸ ਨੂੰ ਵਿਚਾਰ ਹੋਣਾ ਛੇੜਾਂ, ਕਿਉਂਕਿ ਸਮਾਂ 2 ਮਿੰਟ ਦਿੱਤਾ ਸੀ, 1 ਵਾਰੀ ਸਾਰੀ ਸ਼ਤਾਬਦੀ ਦਾ 1:45 ਕੀਰਤਨ ਦਾ ਸੀ, ਉਹ ਆਪਣਾ ਸਮਾਂ ਪਾਰ ਪੂਰਾ ਹੋਇਆ। ਇਸ ਲਈ ਸਤਿਗੁਰੂ ਦੀ ਕਿਰਪਾ ਕਰਨ ਕੋਸ਼ਿਸ਼ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਵੱਲੋਂ ਕੀਰਤਨ ਦਾ ਸਤਿਕਾਰ, ਸੰਗਤਾਂ ਦਾ ਸਤਿਕਾਰ, ਗੁਰਬਾਣੀ ਦਾ ਸਤਿਕਾਰ, ਇਤਿਹਾਸ ਦਾ ਸਤਿਕਾਰ, ਗੁਰੂ ਸਵਾਰੇ ਕਿਰਪਾ ਹੋਈ ਹੈ। ਸਤਿਗੁਰੂ ਸਭ ਦੀਆਂ ਸਾਰੀਆਂ ਗਵਾਹ ਕਰਨ, ਸਾਰਿਆਂ ਦੇ ਨਾਲ ਸਤਿਗੁਰੂ ਮਹਾਰਾਜ ਜਾਂਦੇ ਨੇ, ਚੜ੍ਹਦੀਆਂ ਗਵਾਵੇ ਸਤਿਗੁਰੂ ਮਹਾਰਾਜ ਜੀ ਨੂੰ ਕੋਸ਼ਿਸ਼ ਕਰਨ, ਆਪ ਦੀ ਸਾਰੀ ਸਿੱਖਾਂ ਨੂੰ ਦੂਰ ਕਰਕੇ ਆਰੰਭ ਸਾਹਿਬ ਦੇ 6 ਮੌਕਿਆਂ ਦੇ ਦਾਨ ਕਰੀਏ ਜੀ। ਉਸਦਾ ਧੰਨਵਾਦ ਬੇਨਤੀ ਕਰਾਂਗੇ ਸਾਰੇ ਪਾਤਸ਼ਾਹ ਦੇ ਪਾਵਨ ਚਰਨਾਂ ਇਹ ਸਤਿ ਗੁਰੂ ਮੈਂ ਪਾਇਆ, ਸਤਿ ਗੁਰ ਨਾਮ ਆਇਆ, ਸਤਿ
ਓਨਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸ੍ਰੀ ਗੁਰਮੁਖੀ ਜੀ ਕੀ ਪਾਤਸ਼ਾਹੀ, ਦਸਵੇਂ ਗੁਰਨਾਮ ਭਗਵਤੀ ਸ੍ਰੀ ਵਰਗਾ ਗੁਰੂ ਨਾਨਕ ਲਈ ਤਿਆਰੇ ਪਰਮਗਤ ਬਾਬੇ ਅਮਰਦਾਸ ਰਾਮਦਾਸ ਜੀ ਮਹਾਰਾਜੀ ਸਹਾਰੇ ਅਰਜਨ ਮਿੰਦਰੂ ਸ਼ਿਵ ਪ੍ਰਭੂ ਸ੍ਰੀ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤਿਆਰੀ ਪਿੱਛਾ ਸਭ ਹੋ ਜਾਏ ਦੇਵਾ ਕ੍ਰਿਸ਼ਨ ਪ੍ਰਿਆ ਕਰਨੋਂ ਤਿਆਰੇ ਧਾਰੇ ਸੁਖਾਈ ਮਹਾਰਾਜੀ ਸਹਾਰੇ ਦਸਵੇਂ ਪਾਤਸ਼ਾਹ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਰੀ ਮਹਾਰਾਜੀ ਸਹਾਰੇ ਦਸਾਂ ਪਾਤਸ਼ਾਹ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਰਾਜ ਦਾ ਧਿਆਨ ਧਰਤੀ ਖਾਲਸਾ ਸਾਹਿਬ ਖੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬ ਜਾਂਦੇ ਹਾਂ ਚਾਲੀ ਬੋਲਦੇ ਹਾਂ ਸਾਡੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਰਗ ਕੇ ਸ਼ਰਿਆ ਦੇ ਚਲਾਈ ਤੇ ਗਵਾਏ ਦੇ ਸੁਣ ਕੇ ਅਣਡਿੱਠ ਕੀਤਾ ਜਿਨ੍ਹਾਂ ਪਿਆਰਿਆਂ ਨੂੰ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਖੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮੇ ਸ਼ੀਤ ਕੇ ਬੰਦ ਬੰਦ ਚੜਾਏ ਖੋਪਰੀਆਂ ਲਵਾਈਆਂ ਗੜਖੜੀਆਂ ਦੇ ਜਿਹੜੇ ਤਾਂ ਨਾਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸਿੱਖੀ ਸਿਦਕ ਕੇਸਾ ਸਵਾਸਾ ਸਾਹਿਬ ਨਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਤਰਕੀ ਖਾਲਸਾ ਸਾਹਿਬ ਖੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੀ ਖਾਲਸਾ ਸਾਹਿਬ ਖੋਲੋ ਜੀ ਤਖਮੈਨ ਸਰਬੱਤ ਖਾਲਸੇ ਸਤਿਕਾਰ ਸਭ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਛਿਆ ਰਿਹਾ ਦੇਵ ਦੀ ਫਤਿਹ ਬਿਰਦ ਕੀ ਪੈ ਪੰਥ ਕੀ ਜੀਤਰੀ ਸਾਹਿਬ ਜੀ ਸਾਰੀ ਗੁਰੂ ਖਾਲਸੇ ਜੀ ਕੇ ਗੁਰਬਾਣੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਮੁਰਵੀਤਾਂ ਨੂੰ ਸਾਵਧਾਨ ਗੁਰੂ ਸਾਵਧਾਨ ਧਨ ਧਨ ਸਿਰ ਧਨ 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 ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਧਰੀਆਂ ਚੰਡੇ ਮੁੰਗੇ ਜੁਗੋ ਜੁਗਟਾਂ ਧਰਮ ਦਾ ਜੈਕਾਰ ਗੁਰੂ ਜੀ ਸਿੱਖਾਂ ਦਾ ਮਾਨੇ ਮਾਨ ਮਾਪੁੱਛੇ ਮਾਪਾਂ ਦਾ ਰਾਜਾ ਧਰਮ ਵਾਹਿਗੁਰੂ ਆਪਣੇ ਪੰਥ ਦੇ ਇਸ਼ਨਾ ਸਾਹਿਬ ਦਰਦਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਮੁਰਤਾਂ ਮਾਤੇ ਜਿਨ੍ਹਾਂ ਤੋਂ ਖਾਲਸੇ ਪੰਥ ਨੂੰ ਛੋੜਿਆ ਗਿਆ ਇਹਨਾਂ ਦੇ ਗੁਰੇ ਦਰਸ਼ਨ ਦੀਦਾਰ ਅਤੇ ਸੇਵਾ ਸੁਮਨ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਨ ਸਤਿਗੁਰੂ ਨਿਰਦਾਣਿਆਂ ਦੇ ਦਾਨ ਸਤਿਗੁਰੂ ਨੇ ਉਪਿਆਂ ਦੇ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸੰਸਾਰ ਦੀ ਯਾਤਰਾ ਕਰਦੇ ਹੋਏ ਕੁਝ ਦਿਨ ਪਹਿਲਾਂ ਪ੍ਰਲੋਕ ਦੌਰ ਕਰ ਗਏ ਹਨ ਪਰਿਵਾਰ ਨੂੰ ਸਰੀਰੀ ਵਿਛੋੜਾ ਦੇ ਗਏ ਹਨ ਸੱਚੇ ਪਾਤਸ਼ਾਹ ਜੀ ਉਹ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਮਿਹਰਬਾਨ ਜੀ ਸਰਦਾਰ ਰੇਸ਼ਮ ਦੀ ਆਤਮ ਸ਼ਾਂਤੀ ਵਾਸਤੇ ਆਪਣੇ ਗ੍ਰਹਿ ਵਿਖੇ ਤੁਰਕੀ ਬਾਣੀ ਆਏ ਪਿੰਡ ਸਰਦੇ ਚੰਦੋਂ ਹਟਾਏ ਦੇ ਪਾਠ ਕਰਵਾਏ ਨੂੰ ਸੱਚੇ ਪਾਤਸ਼ਾਹ ਜੀ ਗੁਰਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਸੇਵਾ ਕਰਦੇ ਹਾਂ ਅੱਖਰ ਵਾਧਾ ਘਾਟਾ ਭਵਿੱਖ ਕਰਨੀ ਅੱਗੇ ਗੁਰਪੁਰ ਸੇਵਾ ਕਰਦੇ ਗੁਰਬਾਣੀ ਪੜ੍ਹਦੇ ਕੀਰਤਨ ਕਰਦੇ ਬਲ ਬਖਸ਼ੇ ਕਰਨੇ ਪੜ੍ਹੀ ਸੁਣੀ ਗੁਰਬਾਣੀ ਅਤੇ ਸੇਵਾ
ਅਤੇ ਕੀਰਤਨ ਸੁਣ ਕੇ ਸੱਚਖੰਡ ਵਿਖੇ ਪ੍ਰਵਾਨ ਕਰਨਾ। ਇਸ ਗੁਰਬਾਣੀ ਦਾ ਭਾਵ, ਕੀਰਤਨ ਦਾ ਭਾਵ, ਉਸ ਵਿਛੜੀ ਆਤਮਾ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਅੱਗੇ ਤੋਂ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ, ਜੀਆਂ ਦੇ ਬੱਚਿਆਂ ਦੇ ਪਰਿਵਾਰ ਦੇ ਸਿਰ 'ਤੇ ਹੱਥ ਰੱਖਣਾ, ਗੁਰਮੁਖ ਪਰਿਵਾਰ ਵੱਲੋਂ ਰਾਹ ਪ੍ਰਸ਼ਾਦੀ ਦੀ ਪ੍ਰਵਾਨ ਹੋਵੇ, ਪ੍ਰਵਾਨ ਹੋਵੇ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਸਰਬੱਤ ਸੰਗਤ ਦੇ ਆਦਰੀ ਦਰ ਪ੍ਰਵਾਨ ਕਰਨੀ, ਤਿਰਗੁਣ ਭੇਟਾ ਕੀਤਾ ਪ੍ਰਵਾਨ ਕਰਨਾ, ਕਦਮ ਕਦਮ ਚੱਲਿਆ ਦਰਗਾਹੀ ਲੇਖੇ ਵਿਖਾਉਣਾ, ਆਪਣੇ ਘਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਬਖਸ਼ਿਸ਼ ਕਰਨਾ, ਸ਼ੋਕ ਭਾਵਨਾਵਾਂ ਪੂਰੀਆਂ ਕਰਨੀਆਂ, ਸਾਡੇ ਸਮੂਹ ਸੰਗਤਾਂ ਦੀ ਅਰਦਾਸ ਬੇਨਤੀ ਹੈ। ਸਰਦਾਰ ਉੱਚੇ ਪਾਤਸ਼ਾਹ ਦੀ ਆਵਾਗਮਨ ਤੋਂ ਬਚਾ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਅੱਗੇ ਤੋਂ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ, ਸੰਗਤਾਂ ਨੂੰ ਪਵਿੱਤਰ ਨਾਮੇ ਬਖਸ਼ੋ, ਜਦੋਂ ਦੀ ਸਮਰੱਥਾ ਬਖਸ਼ੋ, ਸੰਗਤਾਂ ਨੂੰ ਨਿਹਾਲ ਕਰੋ ਸਹੀ ਗੁਰੂ ਪਿਆਰੇ
ਯਾਰ ਰੁਕ ਜੀ ਦੋ ਮਿੰਟ ਰੁਕ ਜੀ ਭਾਅ ਜੀ ਰੁਕ ਜਾਓ ਯਾਰ ਦੋ ਮਿੰਟ ਇੱਥੋਂ ਉੱਠ ਜਾਓ ਤੁਸੀਂ ਪਿੱਛੇ ਨਿਕਲ ਜਾਓ ਤੁਸੀਂ ਹਾਂ ਬਹਿ ਰੁਕ ਜਾ ਯਾਰ ਉਹ ਬੜਾ ਕਰਦੇ ਪਏ ਭਾਈ ਦੋ ਮਿੰਟ ਚਲੋ ਠੀਕ ਦੋ ਜੀ ਪਾਕਸ ਠੀਕ ਹੈ ਜੀ ਭਾਅ ਜੀ ਠਾਲ ਦੀਏ ਉੱਠ ਜਾਓ ਭਾਅ ਜੀ ਖੜੇ ਹੋ ਜਾਓ ਮੱਥਾ ਟੇਕ ਠੀਕ ਹੈ ਠੀਕ ਹੈ ਜੀ ਬਾਬਾ ਜੀ।